ਬਾਦਸ਼ਾਹੀ ਨਹੀਂ ਚਲੇਗੀ, ਅਫਸਰਸ਼ਾਹੀ ਨਹੀਂ ਚਲੇਗੀ, ਪੁਲਿਸ ਪ੍ਰਸ਼ਾਸਨ ਮੁਰਦਾਬਾਦ, ਪੁਲਿਸ ਪ੍ਰਸ਼ਾਸਨ ਮੁਰਦਾਬਾਦ, ਧੱਕੇਸ਼ਾਹੀ ਨਹੀਂ ਚਲੇਗੀ, ਧੱਕੇਸ਼ਾਹੀ ਨਹੀਂ ਚਲੇਗੀ, ਰੇਲਵੇ ਯੂਨੀਅਨ ਜਿੰਦਾਬਾਦ, ਰੇਲਵੇ ਯੂਨੀਅਨ ਜਿੰਦਾਬਾਦ, ਰੇਲਵੇ ਯੂਨੀਅਨ। ਸੋ ਇਸ ਵੇਲੇ ਆਵਾਜ਼ੇ ਕੌਮ ਦੇ ਦਰਸ਼ਕੋ, ਮੈਂ ਖੜਾ ਆ ਅੰਮ੍ਰਿਤਸਰ ਰੇਲਵੇ ਸਟੇਸ਼ਨ, ਅੰਮ੍ਰਿਤਸਰ ਰੇਲਵੇ ਸਟੇਸ਼ਨ ਜੋ ਕਿ ਅੰਗਰੇਜ਼ਾਂ ਦੇ ਸਮੇਂ ਤੋਂ ਚੱਲਦਾ ਆਉਂਦਾ ਆ। ਤੁਸੀਂ ਪਿੱਛੇ ਵੇਖ ਰਹੇ ਜੇ ਕਿ ਇਹ ਅੰਮ੍ਰਿਤਸਰ ਟਰਮੀਨਲ ਆ, ਸਟੇਸ਼ਨ ਆ। ਇੱਥੇ ਜਦੋਂ ਦਾ ਹੀ ਸਟੇਸ਼ਨ ਬਣਿਆ ਆ, ਉਦੋਂ ਦੇ ਹੀ ਨਾਲ ਸਟੇਸ਼ਨ ਦੇ ਟੈਕਸੀ ਸਟੈਂਡ ਬਣੇ ਆ। ਅੱਜ ਤੋਂ ਇਹ ਸਮਝ ਲਓ 50-100 ਸਾਲ ਪਹਿਲਾਂ ਦੀ ਗੱਲਾਂ ਆ, ਜਿੱਥੋਂ ਕਿ ਪਹਿਲਾਂ ਰਿਕਸ਼ੇ ਜਾਂ ਟਾਂਗੇ ਚੱਲਦੇ ਸੀ। ਉਸ ਤੋਂ ਬਾਅਦ ਜਿਉਂ ਜਿਉਂ ਟੈਕਨੀਕ ਆਈ ਗਈ ਅਤੇ ਕਾਰਾਂ ਦਾ ਟੈਕਸੀ ਸਟੈਂਡ ਜਾਂ ਆਟੋ ਟੈਕਸੀ ਸਟੈਂਡ ਬਣੇ ਆ। ਤਕਰੀਬਨ ਇੱਥੇ ਕੁੱਲ ਪਾ ਲਾ ਕੇ 250 ਪਰਿਵਾਰ ਜੋ ਕਿ ਇੱਥੋਂ ਦੀ ਰੋਜ਼ੀ ਰੋਟੀ ਉਹਨਾਂ ਦੀ ਟੈਕਸੀ ਸਟੈਂਡ ਤੋਂ ਚੱਲਦੀ ਆ। ਪਰ ਕੱਲ੍ਹ ਜੋ ਕਿ ਇੱਥੋਂ ਦੇ ਟੈਕਸੀ ਸਟੈਂਡ ਵਾਲਿਆਂ ਦੇ ਗਿਲਾ, ਕੱਲ੍ਹ ਇੱਥੇ ਉਹਨਾਂ ਨੇ ਗਿਲਾ ਕੀਤਾ ਹੈ ਕਿ ਸ਼ਵੇਤ ਮਲਕ ਜੀ ਉਹਨਾਂ ਨੇ ਜੋ ਇੱਥੇ ਕਰਵਾਇਆ ਬਿਨਾਂ ਨੋਟਿਸ ਦੇ, ਬਗੈਰ ਕਿਸੇ ਨੋਟਿਸ ਦਿੱਤਿਆਂ, ਬਗੈਰ ਕਿ ਕੋਈ ਸਰਕਾਰੀ ਸੂਚਨਾ ਦੇ, ਇੱਥੇ ਆ ਕੇ ਜੋ ਇਹਨਾਂ ਦਾ ਟੈਕਸੀ ਦਾ ਸਟੈਂਡ ਸੀ ਉਹਦਾ ਸ਼ੈੱਡ ਸਾਰਾ ਤੋੜ ਦਿੱਤਾ ਗਿਆ ਅਤੇ ਹੋਰ ਵੀ ਖੱਜਲ ਖੁਆਰੀ ਇਹਨਾਂ ਨੂੰ ਕਾਫੀ ਕੀਤੀ ਆ। ਸੋ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਇਹ ਕੀ ਹੋਇਆ, ਕਿਸ ਤਰ੍ਹਾਂ ਹੋਇਆ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰਦਾਰ ਜੀ, ਮੈਂ ਕੱਲ੍ਹ ਤੁਹਾਨੂੰ ਵੇਖਿਆ ਸੀ, ਤੁਹਾਡੇ ਦਸਤਾਰ ਵੀ ਲੱਥੀ ਸੀ। ਹਾਂਜੀ ਸਰ। ਅਤੇ ਇਹ ਕੀ ਹੋਇਆ ਕੱਲ੍ਹ ਸਾਰਾ? ਸਰ ਜੀ, ਸਰ ਕੱਲ੍ਹ ਰੇਲਵੇ ਸਟੇਸ਼ਨ ਵੱਲੋਂ RPF ਵੱਲੋਂ ਬਿਨਾਂ ਸਾਨੂੰ ਨੋਟਿਸ ਦਿੱਤਾ, ਬਿਨਾਂ ਸੂਚਨਾ ਕੀਤਿਆਂ ਜੀ ਇੱਥੇ ਕੱਲ੍ਹ ਸਪੈਸ਼ਲ ਟ੍ਰੇਨ ਆਈ ਸੀ ਜੀ, ਜੋ ਕਿ ਇਹਨਾਂ ਨੂੰ ਸਭ ਪਤਾ ਸੀ ਰੇਲਵੇ ਪ੍ਰਸ਼ਾਸਨ ਨੂੰ। ਉਹਨਾਂ ਸੋਚਿਆ ਵੀ ਇਹ ਸਾਰੇ ਟੈਕਸੀਆਂ ਵਾਲੇ ਸਵਾਰੀ ਲੈ ਕੇ ਚਲ ਜਾਣਗੇ, ਔਰ ਗੈਰ ਹਾਜ਼ਰੀ ਦੇ ਵਿੱਚ ਉਹਨਾਂ ਸਾਡੇ ਸਾਰੇ ਟੈਂਟ ਤੋੜਨੇ ਚਾਹੇ ਆ, ਔਰ ਕੋਸ਼ਿਸ਼ ਕੀਤੀ ਤੋੜਨ ਦੀ, ਲੇਕਿਨ ਸਾਡੇ ਕੁਛ ਬੰਦੇ ਇੱਥੇ ਮੌਜੂਦ ਸੀ ਜਿਨ੍ਹਾਂ ਨੇ ਉਹਨਾਂ ਦਾ ਵਿਰੋਧ ਕੀਤਾ ਆ। ਪਰ ਵਿਰੋਧ ਕਰਨ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ RPF ਨੇ ਸਾਡੇ ਲਾਠੀ ਚਾਰਜ ਕੀਤਾ, ਤਾਂ ਸਾਡੇ ਧੱਕਾ ਮੁੱਕੀ ਕੀਤੀ, ਔਰ ਸਾਡੀ ਪੱਗ ਵੀ ਲਾਈ ਆ, ਔਰ ਵਾਲਾਂ ਤੋਂ ਫੜ ਕੇ ਘਸੀਟ ਕੇ ਬਾਹਰ ਕੱਢਿਆ ਗਿਆ ਸਾਨੂੰ ਸਾਰਿਆਂ ਨੂੰ। ਕੀਤੇ ਜਿਹੜੇ ਟੈਕਸੀ ਵਾਲੇ ਬੰਦੇ ਸਾਰੇ ਸਭ ਨੂੰ ਕੀਤਾ, ਸਾਰਿਆਂ ਤੱਕ ਐਸੇ ਕੀਤੇ, ਮੇਰੀ ਪੱਗ ਲਾਈ ਆਈ ਉਹਨੇ ਜੀ RPF ਦੇ ਮੇਨ ਜਿਹੜੇ। ਸਾਨੂੰ ਕੋਈ ਨੋਟਿਸ ਨਹੀਂ ਅਜੇ ਤੱਕ ਆਇਆ, ਸਾਨੂੰ ਕੋਈ ਨੋਟਿਸ ਨਹੀਂ ਦਿੱਤਾ, ਬਿਨਾਂ ਨੋਟਿਸ ਇਹ ਸਾਰਾ ਨੋਟਿਸ ਤੋਂ ਬਗੈਰ ਹੋਇਆ, ਸਾਨੂੰ ਇਹ ਸੂਚਿਤ ਕੀਤਾ ਤੋਂ ਬਗੈਰ ਹੀ ਉਹਨਾਂ ਨੇ ਮੌਕੇ ਦਾ ਫਾਇਦਾ ਚੁੱਕਣਾ ਚਾਹਿਆ। ਪਰ ਇੱਥੇ ਕੁਛ ਬੰਦੇ ਮੌਜੂਦ ਸੀ ਜਿਨ੍ਹਾਂ ਨੇ ਇਹਦਾ ਵਿਰੋਧ ਕਰਨਾ ਚਾਹਿਆ ਜੀ, ਪਰ ਵਿਰੋਧ ਦੇ ਵਿੱਚ ਹੀ ਉਹਨਾਂ ਨੇ ਸਾਡੇ 'ਤੇ ਲਾਠੀਚਾਰਜ ਕੀਤਾ ਔਰ ਸਾਡੀਆਂ ਪੱਗਾਂ ਲਾਈਆਂ ਜੀ। ਔਰ ਤੁਸੀਂ ਉਹਦੀ ਕੋਈ ਕੰਪਲੇਂਟ ਵਗੈਰਾ ਕੀਤੀ ਹੈ? ਅਸੀਂ ਅਕਾਲ ਤਖ਼ਤ ਜਾਵੇ ਕੰਪਲੇਂਟ ਕੀਤੀ ਹੈ ਜੀ, ਔਰ ਅੱਜ ਪੁਲਿਸ ਪ੍ਰਸ਼ਾਸਨ ਵੀ ਅਸੀਂ ਕੰਪਲੇਂਟ ਕੀਤੀ ਹੈ ਜੀ। ਜੀ ਤੁਸੀਂ ਵੀਰ ਜੀ ਕੀ ਕਹਿਣਾ ਚਾਹੋਗੇ? ਅੱਜ ਤੋਂ ਇਹ ਸਟੇਸ਼ਨ ਤੇ ਸਾਡੇ ਬਜ਼ੁਰਗ 50 ਸਾਲ ਤੋਂ ਟੈਕਸੀ ਚਲਾ ਰਹੇ ਨੇ ਜੀ, 50 ਸਾਲ ਤੋਂ ਵੱਧ ਜੀ, ਉਸ ਤੋਂ ਗਾੜੀ ਅਸੀਂ ਆਏ ਹਾਂ ਜੀ। ਠੀਕ ਹੈ, ਪਹਿਲਾਂ ਸਾਡਾ ਸ਼ੈੱਡ ਸੀਗਾ ਉਹ ਢਾਇਆ ਗਿਆ ਜੀ, ਠੀਕ ਹੈ, ਉਸ ਤੋਂ ਬਾਅਦ ਅਸੀਂ ਰੇਲ ਨੂੰ ਟੈਕਸ ਦੇ ਰਹੇ ਹਾਂ ਜੀ, ਰੇਲਵੇ ਸਾਡੇ ਕੋਲ ਟੈਕਸ ਨਹੀਂ ਲੈ ਰਹੀ ਜੀ, ਉਹ 'ਚ ਸਾਡੀ ਗਲਤੀ, ਅਸੀਂ ਰੇਲ ਨੂੰ ਟੈਕਸ ਦੇਣ ਨੂੰ ਤਿਆਰ ਹਾਂ ਜੀ। ਠੀਕ ਹੈ, ਉਸ ਤੋਂ ਬਾਅਦ ਸਾਨੂੰ ਵਕੀਲ, ਸਾਡਾ ਹਾਈ ਕੋਰਟ 'ਚ ਕੇਸ ਚੱਲਦਾ ਪਿਆ ਜੀ, ਸੁਪਰੀਮ ਕੋਰਟ 'ਚ ਕੇਸ ਚੱਲਦਾ ਪਿਆ ਜੀ। ਠੀਕ ਹੈ, ਉਸ ਤੋਂ ਬਾਅਦ ਆਉਣਾ ਹਾਈ ਕੋਰਟ ਤੋਂ ਕੇਸ ਜਿੱਤੇ ਹੋਏ ਆਪਾਂ ਜੀ। ਠੀਕ ਹੈ, ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਕੋਈ ਨੋਟਿਸ ਦਿੱਤਾ, ਸਾਡਾ ਸ਼ੈੱਡ ਆ ਕੇ ਸਾਨੂੰ ਵਕੀਲ ਨੇ ਇਜਾਜ਼ਤ ਦਿੱਤੀ ਵੀ ਤੁਸੀਂ ਆਪਣਾ ਕਮਰਾ ਬਣਾ ਸਕਦੇ ਹੋ, ਅਸੀਂ ਆਪਣਾ ਸ਼ੈੱਡ ਬਣਾਇਆ। ਠੀਕ ਹੈ, ਉਹ ਕੀ ਬਕਾਇਦਾ ਇਹਨਾਂ ਨੇ ਕੱਲ੍ਹ ਆ ਕੇ ਸਾਨੂੰ ਕੋਈ ਨੋਟਿਸ ਦਿੱਤਾ, ਕੋਈ ਕੁਛ ਦਿੱਤਾ, ਸਾਡਾ ਸ਼ੈੱਡ ਢਾ ਦਿੱਤਾ ਗਿਆ। ਠੀਕ ਹੈ, ਤੁਹਾਡਾ ਨੰਬਰ ਲੁਕੀ ਹੋਈ ਆ, ਉਹ ਧੱਕਾ ਮੁੱਕੀ ਆ ਜੀ, ਉਹ ਜਾਤੀ ਹੋਈ ਆ। ਤੁਸੀਂ ਇਹਦੇ ਬਾਰੇ ਕੀ ਕਰ, ਤੁਹਾਨੂੰ ਅਜੇ ਤੱਕ ਕਦੀ ਪਹਿਲਾਂ ਕੋਈ ਇਹੋ ਜਿਹੀ ਪ੍ਰੋਬਲਮ ਆਈ ਆ? ਬਿਲਕੁਲ ਆਈ ਹੈ ਜੀ, ਪਹਿਲਾਂ ਕੇਸ ਲੜਿਆ ਆਪਾਂ, ਪਹਿਲਾਂ ਕੇਸ ਲੜਿਆ ਔਰ ਜਿੱਤੇ ਆ, ਜਿੱਤੇ ਆਪਾਂ ਜਿੱਤੇ ਆ। ਹਾਂਜੀ, ਆਪਾਂ ਇੱਕ ਮਿੰਟ ਗੱਲ ਕਰਦੇ ਹਾਂ ਜੀ, ਕੋਈ ਇਸ ਤਰ੍ਹਾਂ ਦਾ ਕੋਈ ਹੋਰ ਗੱਲਬਾਤ ਹੋਈ ਹੋਵੇ ਜੀ ਤੁਹਾਨੂੰ? ਮਸਲਾ ਇਹ ਜੀ, ਦੇਖੋ ਜੀ, ਇੱਥੇ ਪਾਰਕਿੰਗ ਜਿਸ ਠੇਕੇਦਾਰ ਨੇ ਲਿੱਤੀ ਹੋਈ ਹੈ ਨਾ ਜੀ, ਉਹ ਠੇਕੇਦਾਰ ਚਾਹੁੰਦਾ ਆ ਜਿਹੜੀ ਟੈਕਸੀ ਦੀ ਜਗ੍ਹਾ ਹੈ ਨਾ ਜੀ, ਉਹ ਮੈਨੂੰ ਮਿਲ ਜੇ ਤਾਂ ਮੈਂ ਇਹਨਾਂ ਕੋਲ ਪੈਸੇ ਵਸੂਲ ਕਰਾਂ ਟੈਕਸੀ ਕੋ। ਅਤੇ ਹਾਂਜੀ, ਇਹ ਸ਼ੋਹਿਦ ਮਲਿਕ ਦੇ ਕੋਈ ਰੈਲੇਟਿਵ ਵਗੈਰਾ ਹੈ, ਪਵਨ ਖੰਨਾ ਜੀ, ਜਿਨ੍ਹਾਂ ਨੇ ਠੇਕਾ ਲਿੱਤਾ ਹੋਇਆ। ਇਹ ਠੇਕਾ? ਹਾਂਜੀ। ਉਸ ਤੋਂ ਪਹਿਲਾਂ ਠੇਕਾ ਹੁੰਦਾ ਸੀ?
ਘਟਨਾ ਹੋਈ ਓਹਦੇ ਬਾਰੇ ਕੀ ਹੋਇਆ? ਉਹਦੇ ਬਾਰੇ ਅਸੀਂ ਇਹੋ ਕਹਿਣਾ ਚਾਹੁੰਦਾ, ਸਾਡੀ ਜਗ੍ਹਾ ਜਿਹੜੀ ਸਾਨੂੰ ਮਿਲਣੀ ਚਾਹੀਦੀ ਹੈ ਜੀ। ਸਾਡੇ ਨਾਲ ਧੱਕਾ ਹੋ ਰਿਹਾ ਜੀ। ਇਹ ਸਵੇਦ ਮੁਲਕ ਦੀ ਬੈਕ ਸਾਹਿਬ ਅਸੀਂ ਬੈਕ ਇਹਦੀ ਮਗਰ ਇਹੋ ਸਭ ਕੁਝ ਕਰਾ ਰਿਹਾ। ਇਹਨਾਂ ਦੇ ਕਹਿਣ ਦੇ ਉੱਤੇ ਆਰ ਪੀ ਐਫ ਵਾਲਿਆਂ ਨੇ ਵੀ ਸਾਡੇ ਨਾਲ ਧੱਕਾ ਕੀਤਾ, ਪੁਲਿਸ ਨੇ ਬਦਸਲੂਕੀ ਕੀਤੀ ਆ, ਪੁਲਿਸ ਨੇ ਸਾਡਾ ਬਦਸਲੂਕੀ ਕੀਤੀ ਆ, ਸਾਨੂੰ ਗਾਲਾਂ ਕੱਢੀਆਂ, ਧੱਕੇ ਮਾਰੇ ਆ, ਬਜ਼ੁਰਗ ਬੰਦਿਆਂ ਨੂੰ ਸਾਨੂੰ ਅਸੀਂ 50-50 ਸਾਲ ਇੱਥੇ ਰਹਿੰਦੇ ਨੂੰ ਹੋ ਗਿਆ ਸਾਨੂੰ ਜੀ। ਅਤੇ ਇਹਨਾਂ ਕੱਲ੍ਹ ਸਾਨੂੰ ਨਾ ਕੋਈ ਨੋਟਿਸ ਵਿਖਾਇਆ, ਅਸੀਂ ਕਿਹਾ ਵੀ ਨੋਟਿਸ ਸਾਨੂੰ ਦਿਖਾਓ ਤੇ ਜੋ ਮਰਜ਼ੀ ਕਰੋ, ਉਹਨਾਂ ਸਾਡੇ ਕੋਲ ਅਸੀਂ ਕੋਈ ਨੋਟਿਸ ਨਹੀਂ, ਅਸੀਂ ਕਿਸੇ ਨੂੰ ਮੰਨਦੇ ਨਹੀਂ ਜੀ ਆਹ ਗੱਲਾਂ ਬਤਾਉਣ। ਸੰਦੀਪ ਜੀ, ਜੋ ਇਹ ਚਲੋ ਹੋਇਆ ਜੋ ਕੱਲ੍ਹ, ਤੁਸੀਂ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਜੀ ਜੀ, ਅਸੀਂ ਇਹੋ ਚਾਹੁੰਦੇ ਹਾਂ ਵੀ ਸਾਨੂੰ ਸਾਡਾ ਸਟੈਂਡ ਮਿਲਣਾ ਚਾਹੀਦਾ ਹੈ ਜੀ। ਜੋ ਜਗ੍ਹਾ ਅਲਾਟ ਕੀਤੀ ਆ ਕੋਰਟ ਨੇ 1000 ਸਕੁਅਰ ਫੁੱਟ ਪਹਿਲਾਂ ਵੀ ਅਲਾਟ ਕੀਤੀ ਸੀਗੀ ਸਾਨੂੰ ਜੀ, ਉਹ ਪੂਰੀ ਜਗ੍ਹਾ ਮਿਲਣੀ ਚਾਹੀਦੀ ਹੈ ਸਾਨੂੰ ਸਟੈਂਡ ਵਾਸਤੇ। ਅਤੇ ਜੇ ਸਾਨੂੰ ਸਭ ਕੁਝ ਨਹੀਂ ਮਿਲਦਾ ਜੀ ਤਾਂ ਸਾਨੂੰ ਜੋ ਵੀ ਕਰਨਾ ਪਏਗਾ ਆਪਣੇ ਹੱਕ ਵਾਸਤੇ, ਅਸੀਂ ਹਰ ਤਰ੍ਹਾਂ ਦੀ ਆਵਾਜ਼ ਉਠਾਵਾਂਗੇ, ਮੰਗਿਆ ਸਾਡੀ ਧਰਨੇ ਦੇਣੇ ਪੈਣਗੇ ਸਾਨੂੰ, ਧਰਨੇ ਵੀ ਦੇਵਾਂਗੇ, ਸਭ ਕੁਝ ਕਰਨ ਤੱਕ ਸਾਡਾ ਪ੍ਰਦਰਸ਼ਨ ਜਾਰੀ ਰਹੇਗਾ ਜੀ। ਜਿਹੜਾ ਜੇ ਤੁਹਾਡੇ ਨਾਲ ਜੀ ਕੱਲ ਹੋਈ ਆ, ਉਹਨਾਂ ਨੇ ਕੇਸ ਕਹਿੰਦੇ ਤੁਹਾਡੇ ਤੇ ਪਾਏ ਆ, ਉਹਨਾਂ ਕੇਸਾਂ ਨੂੰ ਤੁਸੀਂ ਮਤਲਬ ਕੁਛ ਉਹਨਾਂ ਬਾਰੇ ਕੁਛ ਕਹੋ? ਬਿਲਕੁਲ ਜੀ, ਸਾਡੀ ਮੰਗ ਆ ਵੀ ਉਹ ਪਹਿਲਾਂ ਖਾਰਜ ਹੋਣੇ ਚਾਹੀਦੇ ਆ ਕੇਸ, ਜਿਹੜੇ ਉਹ ਕੇਸ ਨਜਾਇਜ਼ ਕੇਸ ਹੋਏ ਆ, ਝੂਠੇ ਕੇਸ, ਝੂਠੇ ਕੇਸ ਆ ਉਹ, ਬਿਲਕੁਲ ਅਫਸਰਸ਼ਾਹੀ ਦੇ ਤੌਰ ਤੇ ਸਾਡੇ ਤੇ ਝੂਠੇ ਕੇਸ ਪਾਏ ਗਏ ਆ, ਦਬਾਅ ਪਾਉਣ ਵਾਸਤੇ ਨਿਕਲ ਜਾਣ ਜੀ। ਇਹ ਸਾਰਾ ਕੁਝ ਜੋ ਕਰ ਰਿਹਾ ਜੀ ਆਪਣੇ ਠੇਕੇਦਾਰ ਦੇ ਅੰਡਰ ਹੋ ਰਿਹਾ ਜੀ। ਠੇਕੇਦਾਰ ਚਾਹੁੰਦਾ ਵਾ ਵੀ ਮੇਰੇ ਅੰਡਰ ਸਭ ਕੁਝ ਆ ਜੇ, ਜੋ ਪੈਸੇ ਦੀ ਵਸੂਲੀ ਆ ਮੈਂ ਖੁਦ ਕਰਾਂ ਜੀ, ਮੇਰੇ ਅੰਡਰ ਗੱਡੀਆਂ ਲੱਗਣ, ਸਭ ਕੁਝ ਮੇਰੇ ਅੰਡਰ ਹੋਵੇ ਜੀ। ਉਹਦੀ ਕਾਰਨ ਇਹੋ ਹੀ ਆ ਜੀ, ਸਾਰਾ ਕੁਝ ਜੋ ਵੀ ਹੋਇਆ ਉਹਦੇ ਕਾਰਨ ਹੋ ਰਿਹਾ ਜੀ। ਉਸ ਤੋਂ ਪਹਿਲਾਂ ਵੀ ਠੇਕੇਦਾਰ ਆਉਂਦੇ ਰਹੇ, ਸਭ ਕੁਝ ਬੜਾ ਵਧੀਆ ਇੱਥੇ ਸਿਸਟਮ ਦੇ ਨਾਲ ਚੱਲਦੇ ਰਹੇ ਆ, ਇਹ 2-3 ਸਾਲ ਤੋਂ ਆਇਆ ਉਦੋਂ ਤੋਂ ਇਹ ਬਸ ਕਲਾਰਾ ਪਿਆ ਜੀ ਇੱਥੇ। ਸੋ ਪ੍ਰਸ਼ਾਸਨ ਤੱਕ ਇਹ ਗੱਲ ਪਹੁੰਚਣੀ ਜ਼ਰੂਰੀ ਆ ਕਿ ਜੋ ਇੱਥੇ ਨਵਾਂ ਠੇਕੇਦਾਰ ਆਇਆ ਉਹ ਸਾਰੇ ਅਧਿਕਾਰ ਆਪਣੇ ਕੋਲ ਰੱਖਣੇ ਚਾਹੁੰਦਾ ਆ, ਔਰ ਇਹਨਾਂ ਨੂੰ ਮਤਲਬ ਬਿਲਕੁਲ ਆਪਣੇ ਉਹ ਦਬਾ ਕੇ ਰੱਖਣਾ ਚਾਹੁੰਦਾ ਆ, ਜੋ ਜਿਹਨੇ ਟੈਕਸ ਸਟੈਂਡ ਵਾਲੇ ਵੀ ਰਹਿ ਗਏ ਆ। ਅਦਰਵਾਈਜ਼ ਇਹਨਾਂ ਦੇ ਦੋ ਗਿਲੇ ਨੇ ਜੇ, ਇਸ ਲਈ ਪ੍ਰਸ਼ਾਸਨ ਤੱਕ ਇੱਕ ਗੱਲ ਪਹੁੰਚਾਉਣੀ ਚਾਹੁੰਦੇ ਆ ਕਿ ਸਭ ਤੋਂ ਪਹਿਲਾਂ ਜੋ ਝੂਠੇ ਪਰਚੇ ਕੀਤੇ ਆ ਜਾਂ ਕੇਸ ਕੀਤੇ ਗਏ ਉਹ ਬਿਲਕੁਲ ਖਾਰਜ ਕੀਤੇ ਜਾਣ, ਔਰ ਦੂਸਰੇ ਨੰਬਰ 'ਤੇ ਜੋ ਇਹਨਾਂ ਦਾ ਜੋ ਹੱਕ ਆ ਕਿ ਇੱਥੇ ਉਹ ਜਦੋਂ ਦੇ ਇਹਨਾਂ ਦੇ ਪਿਛਲੇ ਪਰਿਵਾਰ ਵੀ ਇੱਥੇ ਰੋਜ਼ੀ ਰੋਟੀ ਆਪਣਾ ਖਾਂਦੇ ਆਉਂਦੇ ਆ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਾ ਆਵੇ ਅਤੇ ਇਸੇ ਤਰ੍ਹਾਂ ਹੀ ਉਹ ਆਪਣਾ ਕੰਮ ਕਰਦੇ ਰਹਿਣ। ਅਗਰ ਸਰਕਾਰ ਇਸ ਬਾਰੇ ਧਿਆਨ ਨਹੀਂ ਦਿੰਦੀ ਤਾਂ ਉਹਨਾਂ ਕਿਹਾ ਕਿ ਅਸੀਂ ਆਪਣਾ ਧਰਨਾ ਜੋ ਲਗਾਤਾਰ ਚਾਲੂ ਕਰ ਦਾਂਗੇ, ਔਰ ਸਾਡਾ ਇਹ ਮੋਰਚਾ ਬਿਲਕੁਲ ਇਸ ਕੰਮ 'ਤੇ ਲੱਗ ਜਾਊ ਜਿੰਨਾ ਚਿਰ ਤੱਕ ਸਾਡੇ ਸਾਨੂੰ ਹੱਕ ਨਹੀਂ ਆ ਮਿਲਦੇ। ਟੈਕਸੀ ਯੂਨੀਅਨ ਜ਼ਿੰਦਾਬਾਦ, ਟੈਕਸੀ ਯੂਨੀਅਨ ਜ਼ਿੰਦਾਬਾਦ, ਟੈਕਸੀ ਯੂਨੀਅਨ ਜ਼ਿੰਦਾਬਾਦ, ਟੈਕਸੀ ਯੂਨੀਅਨ ਜ਼ਿੰਦਾਬਾਦ, ਪੁਲਿਸ ਪ੍ਰਸ਼ਾਸਨ ਮੁਰਦਾਬਾਦ, ਪੁਲਿਸ ਪ੍ਰਸ਼ਾਸਨ ਮੁਰਦਾਬਾਦ, ਸ਼ੇਖ ਮਲਿਕ ਮੁਰਦਾਬਾਦ, ਸ਼ੇਖ ਮਲਿਕ ਮੁਰਦਾਬਾਦ, ਟੈਕਸੀ ਯੂਨੀਅਨ ਜ਼ਿੰਦਾਬਾਦ, ਟੈਕਸੀ ਯੂਨੀਅਨ ਜ਼ਿੰਦਾਬਾਦ, ਧੱਕੇਸ਼ਾਹੀ ਨਹੀਂ ਚਲੇਗੀ, ਅਫਸਰਸ਼ਾਹੀ ਨਹੀਂ ਚਲੇਗੀ, ਪੁਲਿਸ ਪ੍ਰਸ਼ਾਸਨ ਮੁਰਦਾਬਾਦ, ਪੁਲਿਸ ਪ੍ਰਸ਼ਾਸਨ ਮੁਰਦਾਬਾਦ, ਧੱਕੇਸ਼ਾਹੀ ਨਹੀਂ ਚਲੇਗੀ, ਧੱਕੇਸ਼ਾਹੀ ਨਹੀਂ ਚਲੇਗੀ, ਰੇਲਵੇ ਯੂਨੀਅਨ ਜ਼ਿੰਦਾਬਾਦ, ਰੇਲਵੇ ਯੂਨੀਅਨ ਜ਼ਿੰਦਾਬਾਦ, ਰੇਲਵੇ ਯੂਨੀਅਨ। ਸੋ ਇਸ ਵੇਲੇ ਆਵਾਜ਼ੇ ਕੌਮ ਦੇ ਦਰਸ਼ਕੋ, ਮੈਂ ਖੜਾ ਆ ਅੰਮ੍ਰਿਤਸਰ ਰੇਲਵੇ ਸਟੇਸ਼ਨ, ਅੰਮ੍ਰਿਤਸਰ ਰੇਲਵੇ ਸਟੇਸ਼ਨ ਜੋ ਕਿ ਅੰਗਰੇਜ਼ਾਂ ਦੇ ਸਮੇਂ ਤੋਂ ਚੱਲਦਾ ਆਉਂਦਾ। ਤੁਹਾਡਾ ਜੀ ਕੱਲ੍ਹ ਟੈਕਸੀ ਸਟੈਂਡ ਚੱਕਤਾ ਜੀ, ਸਾਰਾ ਸ਼ੈੱਡ ਬਣੇ ਜਿਹੜੇ ਪੁੱਟਿਆ ਗਿਆ, ਬੋਰਡ ਲੱਗਿਆ ਯੂਨੀਅਨ ਵੱਲੋਂ ਜੀ, ਰੇਲਵੇ ਵੱਲੋਂ
ਜੀ ਲੱਗਾ ਹੈ, ਸਰਕਾਰੀ ਬੋਰਡ ਲੱਗਾ ਹੈ ਟੈਕਸੀ ਸਟੈਂਡ ਦਾ, ਕੱਲ੍ਹ ਉਹ ਵੀ ਉਹਨਾਂ ਨੇ ਫੁੱਟਤਾ ਜੀ। ਸਰ ਜੀ ਇਹ ਬੋਰਡ ਲਾਇਆ ਸੀਗਾ ਰੇਲਵੇ ਪ੍ਰਸ਼ਾਸਨ ਨੇ ਜੀ, ਇਹ ਆਪਾਂ ਨਹੀਂ ਲਾਇਆ ਸੀ, ਅਸੀਂ ਟੈਕਸੀ ਵਾਲਾ ਨਹੀਂ ਲਾਇਆ ਸੀ, ਇਹ ਰੇਲਵੇ ਵਾਲਿਆਂ ਨੇ ਟੈਕਸੀ ਸਟੈਂਡ ਦਾ ਬਕਾਇਦਾ ਬੋਰਡ ਲਾਇਆ ਸੀ, ਅਸੀਂ ਆਪਣੇ ਟੈਕਸੀ ਵਾਲਾ ਲਾਇਆ, ਜਿਹੜਾ ਉਹਨਾਂ ਨੇ ਇਹ ਵੀ ਕੱਲ੍ਹ ਪੁੱਟ ਦਿੱਤਾ ਹੋਇਆ, ਇਹ ਵੀ ਪੁੱਟ ਦਿੱਤਾ ਹੈ। ਹਾਂਜੀ, ਇਹ ਰੇਲਵੇ ਨੇ ਲਾਇਆ ਸੀ। ਇਸ ਤੋਂ ਇਲਾਵਾ ਹੋਰ ਕੋਈ ਚੀਜ਼ ਨੁਕਸਾਨ ਕੀਤਾ? ਹਾਂਜੀ, ਸ਼ੈੱਡ ਢਾਇਆ ਹੈ, ਸ਼ੈੱਡ ਉਹ ਸਾਰਾ ਜੀ ਉਹ ਸਾਰਾ ਬੋਰਡ ਹੀ ਜੀ। ਹਾਂਜੀ ਹਾਂਜੀ ਹਾਂਜੀ, ਸਾਡਾ ਸਮਾਨ, ਆਹ ਸਮਾਨ ਕਦਾ ਪਿਆ ਵੀਰ ਜੀ? ਟੈਕਸੀ ਸਟੈਂਡ ਦਾ ਮਲਬਾ ਪਿਆ ਜਿਹੜਾ ਸਾਡਾ ਸ਼ੈਲਟ ਆਇਆ ਹੋਇਆ, ਇਹ ਬੋਰਡ ਦਾ ਮਲਬਾ ਪਿਆ ਜਿਹੜਾ ਰੇਲਵੇ ਨੇ ਲਾਇਆ ਸੀਗਾ ਟੈਕਸੀ ਯੂਨੀਅਨ ਦਾ, ਜਿਹੜਾ ਟੈਕਸੀ ਸਟੈਂਡ ਦਾ, ਆਹ ਖੜਾ ਕਰਕੇ ਵਿਖਾਓ ਮੈਨੂੰ ਇਹਨੂੰ, ਔਰ ਇਹ ਸਾਰਾ ਤੋੜਿਆ ਗਿਆ, ਇਹ ਪੁਲਿਸ ਨੇ ਤੋੜਿਆ ਕਿ ਨਹੀਂ ਤੋੜਿਆ? ਜੀ ਆਰ ਪੀ ਨੇ, ਰੇਲਵੇ ਪੁਲਿਸ ਨੇ, ਇਹ ਆਰ ਵੀ ਐਫ ਨੇ ਤੋੜਿਆ ਸਾਰਾ। ਇਸ ਤੋਂ ਇਲਾਵਾ ਹੋਰ ਵੀ ਆ? ਹਾਂਜੀ ਹਾਂਜੀ, ਆਓ ਤੁਹਾਨੂੰ ਜਗ੍ਹਾ ਪਾ ਸ਼ੈੱਡ ਹੈ ਪਿਛਲੇ ਪਾਸੇ, ਆ ਸਾਰੇ ਟੀਨਾ ਟੂਨਾ ਜੋ ਵੀ ਸੀ, ਆ ਜਿੰਨਾ ਮਲਬਾ ਦੇਖੋ ਇਹਨਾਂ ਨੇ ਕੀ ਹਾਲ ਕੀਤਾ ਜੀ, ਬੈਂਚਾਂ ਦਾ ਦੇਖੋ ਵੱਡੇ ਵੱਡੇ, ਆ ਜਿੰਨਾ ਵੀ ਸਮਾਨ ਪਿਆ ਇਹ ਸਾਰਾ। ਹਾਂਜੀ, ਇਹ ਟੈਕਸੀ ਸਟੈਂਡ ਦਾ ਬੋਰਡ ਦਾ ਇਸ ਸ਼ੈੱਡ ਹੈ ਸਾਡਾ ਜੀ, ਬੈਂਚ ਵੇਖੋ ਆ ਕੀ ਹਾਲ ਕੀਤਾ ਹੋਇਆ ਬੈਂਚ ਦਾ, ਆੜੇ ਬੈਂਚ ਸੀ। ਹਾਂਜੀ, ਖੇਰੂ ਖੇਰੂ ਕਰ ਦਿੱਤਾ, ਆ ਬੈਠਣ ਲਈ ਸਾਰੇ, ਪ੍ਰਸ਼ਾਸਨ ਨੂੰ ਵੇਖਣਾ ਚਾਹੀਦਾ ਕਿ ਆਹ ਵੇਖੋ ਇਹ ਕਿੰਨੀ ਮਿਹਨਤ ਨਾਲ ਇਹਨਾਂ ਨੂੰ ਰੋਟੀ ਰੋਜੀ ਜੋ ਵੇਖਣ ਡੇ ਆ, ਉਹ ਤਾਂ ਬਿਜਲੀ ਕਿ ਹੈਗੀ ਕਿ ਨਹੀਂ, ਕੋਈ ਸਵਾਰੀ ਮਿਲਣੀ ਕਿ ਨਹੀਂ ਮਿਲਣੀ, ਆਹ ਆਪਣੇ ਪੈਸੇ ਜਮ੍ਹਾਂ ਕਰਕੇ ਜੋ ਇਹਨਾਂ ਨੇ ਆ ਵੇਖੋ ਬੈਂਚ ਬਹਿਣ ਲਈ ਬਣਾਏ ਆ, ਉਹ ਸਾਰੇ ਇਹਨਾਂ ਦੇ ਤੋੜ ਦਿੱਤੇ ਗਏ ਆ। ਇਹ ਗਰਮੀਆਂ, ਕਿਉਂਕਿ ਹੁਣ ਸ਼ੁਰੂ ਸੀਜ਼ਨ ਹੋ ਰਿਹਾ ਆ, ਔਰ ਗਰਮੀਆਂ ਵਿੱਚ ਇਹਨਾਂ ਨੇ ਬਹਿਣਾ ਕਿਸ ਤਰ੍ਹਾਂ ਆ, ਔਰ ਫਿਰ ਕਿਸ ਤਰ੍ਹਾਂ ਇਹਨਾਂ ਨੇ ਆਹ ਟੀਨਾਂ 'ਤੇ ਪਾਈਆਂ, ਆਹ ਟੀਨਾਂ ਵੀ ਤੋੜਤੀਆਂ। ਹਾਂਜੀ ਦੱਸੋ। ਹਾਂਜੀ ਹਾਂਜੀ ਭਾਅ ਜੀ, ਇਹ ਸਾਡਾ ਬੋਰਡ ਸੀ ਟੈਕਸੀ ਯੂਨੀਅਨ ਦਾ, ਠੀਕ ਹੈ ਜੀ, ਇਹ ਸਾਡਾ ਬੋਰਡ, ਇਹਨਾਂ ਨੇ ਕੱਲ੍ਹ ਯੂਨਾਈਟਿਡ ਟੈਕਸੀ ਸਟੈਂਡ ਦਾ ਬੋਰਡ ਵੀ ਤੋੜਤਾ ਜੀ। ਜੀ ਕਰੇਨ ਨਾਲ ਪਾ ਕੇ ਔਰ ਖਿੱਚਤਾ ਗਿਆ ਆ ਬੋਰਡ, ਕਰੇਨ ਨਾਲ ਤੋੜਿਆ ਗਿਆ। ਹਾਂਜੀ, ਕਰੇਨ ਨਾਲ ਤੋੜਿਆ ਗਿਆ ਜੀ। ਹਾਂਜੀ, ਇਹ ਭਾਅ ਜੀ ਸਾਡਾ ਜਦੋਂ ਦਾ ਸਟੈਂਡ ਉਦੋਂ ਦਾ ਇਹ ਬੋਰਡ ਲੱਗਾ ਹੋਇਆ ਇੱਥੇ, ਇਹ ਸਬੂਤ ਦੇ ਵਿੱਚ ਤੁਹਾਡਾ ਜੋ ਪੁਰਾਣਾ 35-40 ਸਾਲ ਪੁਰਾਣਾ ਬੋਰਡ ਇਹ ਚੱਲਦਾ ਆਉਂਦਾ ਆ, ਇਹ ਲੋਹੇ ਤੋਂ ਹੀ ਪਤਾ ਲੱਗ ਰਿਹਾ ਬਹੁਤ ਪੁਰਾਣਾ ਲੋਹਾ ਆ ਇਸ ਵੇਖ ਵਿੱਚ। ਠੀਕ, ਆਹ ਜਿਸ ਜਗ੍ਹਾ ਤੇ ਗੱਡੀ ਲੱਗ, ਇਹ ਭਾਅ ਜੀ ਸਾਡਾ ਸ਼ੈੱਡ ਸੀ। ਅੱਛਾ, ਜਿੱਥੇ ਪੈਪਾਂ ਲਾ ਕੇ ਅਸੀਂ ਆਪਣਾ ਢਾਰਾ ਪਰ ਸ਼ੈੱਡ ਬਣਾਇਆ ਸੀ, ਉਹ ਸਾਰਾ ਸ਼ੈੱਡ ਢਾ ਦਿੱਤਾ ਗਿਆ, ਇੱਥੇ ਸ਼ੈੱਡ ਹੁੰਦਾ ਸੀ ਉਹ ਸਾਰਾ ਤੋੜ ਦਿੱਤਾ ਗਿਆ, ਸਾਰਾ ਤੋੜ ਦਿੱਤਾ ਗਿਆ ਜੀ, ਕਰੇਨ ਦੇ ਨਾਲ ਤੋੜ ਦਿੱਤਾ ਗਿਆ, ਇੱਥੇ ਬਹਿ ਜਾਂਦੀ ਸੀ ਦੇਖੋ, ਮੁਸਾਫਰ ਆ ਗਿਆ, ਇੱਥੇ ਮੁਸਾਫਰ ਆਂਦਾ ਸੀ, ਮੁਸਾਫਰ ਆਂਦੇ ਰੈਸਟ ਕਰ ਲੈਂਦੇ ਸੀ, ਰੈਸਟ ਕਰਦੇ ਪੱਖਾ ਲੱਗਾ। ਹਾਂਜੀ, ਇਹ ਟੈਕਸੀ ਸਟੈਂਡ ਦਾ ਸ਼ੈੱਡ ਬਣਿਆ ਹੋਇਆ ਸੀ, ਟੈਕਸੀ ਵਾਲੇ ਵਿਹਲੇ ਸਮੇਂ ਨੂੰ ਥੋੜਾ ਬਹੁਤ ਆਰਾਮ ਕਰਦੇ ਸੀ, ਪਰ ਉਹ ਵੀ ਉਹਨਾਂ ਨੇ ਧੱਕੇਸ਼ਾਹੀ ਕਰਕੇ ਤੋੜਤਾ, ਤੇ ਉਹ ਰੇਲਵੇ ਮੁਸਾਫਰ ਵੀ ਇੱਥੇ ਬਹਿ ਜਾਂਦੇ ਸੀ ਜੀ, ਸਾਰੇ ਮੁਸਾਫਰ ਵੀ ਇੱਥੇ ਮੁਸਾਫਰ ਵੀ ਕਈ ਟਾਈਮ ਤੇ ਆ ਕੇ ਬਹਿ ਜਾਂਦੇ ਸੀ, ਰੈਸਟ ਕਰ ਲੈਂਦੇ ਸੀ ਪੱਖੇ ਥੱਲੇ, ਗਰਮੀਆਂ ਦੇ ਵਿੱਚ ਆ ਕੇ ਛਾਂ ਦੇ ਬਹਿ ਲੈਂਦੇ, ਔਰ ਪੱਖਾ ਲੱਗਾ ਸੀ ਆ ਸਾਰੇ ਪੈਪ ਇਹਨਾਂ ਦੇ ਸਾਰੇ ਇਹਨਾਂ ਤੋੜਤੇ ਜੈੱਡ ਦੇ ਜਿਹਨੇ ਵੀ ਲੱਗਾ ਸ਼ੈੱਡ ਸਾਰਾ। ਅੱਛਾ, ਇਸ ਤੋਂ ਇਲਾਵਾ ਤੁਸੀਂ ਸਾਰੇ ਗਏ ਔਰ ਸਿੱਖ ਜਥੇਬੰਦੀਆਂ ਦੇ ਦਸਤਾਰ ਦੀ ਵੀ ਗੱਲ ਕੀਤੀ ਆ, ਟੈਕਸੀ ਸਟੈਂਡ ਦੀ ਵੀ ਤੁਸੀਂ ਗੱਲ ਕੀਤੀ ਆ, ਔਰ ਉਹਨਾਂ ਨੇ ਕੋਈ ਜਵਾਬ ਮਿਲਿਆ ਕੋ ਤੁਹਾਨੂੰ? ਸਾਨੂੰ ਅਜੇ ਤਾਈਂ ਕੋਈ ਇਨਸਾਫ ਨਹੀਂ ਮਿਲਿਆ। ਨਹੀਂ ਤੇ ਉੱਥੋਂ ਸਿੰਘ ਸਾਹਿਬ ਕੋਲ ਗਏ ਤੁਸੀਂ? ਸਿੰਘ ਸਾਹਿਬ ਕੋਲ ਗਏ ਆ ਜੀ, ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਤੁਹਾਨੂੰ ਇਨਸਾਫ ਦੀ ਤੋਂ ਆਇਆ ਜਾਏਗਾ। ਠੀਕ ਹੈ, ਹਾਂਜੀ। ਸੋ ਤੁਹਾਨੂੰ ਜੋ ਟੈਕਸੀ ਸਟੈਂਡ ਦੂਰ ਤੱਕ ਵੇਖੋ ਮੈਂ ਵਿਖਾ ਰਿਹਾ ਹਾਂ, ਇਹਦੇ ਵਿੱਚ ਹੁਣ ਵੀ ਤੁਸੀਂ ਵੇਖ ਸਕਦੇ ਜੇ ਕਿ 200 ਤੋਂ ਉੱਪਰ ਹੀ ਟੈਕਸੀ ਇਸ ਵੇਲੇ ਲੱਗੀ ਹੋਈ ਹੈ ਇੱਥੇ, ਅਤੇ ਅਦਰ ਵੇਖੋ ਤੁਸੀਂ ਆ ਜੇ ਸਾਹਮਣੇ ਰੇਲਵੇ ਸਟੇਸ਼ਨ, ਅੰਮ੍ਰਿਤਸਰ ਰੇਲਵੇ ਸਟੇਸ਼ਨ ਆ, ਔਰ ਆ ਟੈਕਸੀ ਵੇਖ ਸਕਦੇ ਤੁਸੀਂ, ਇਹ ਟੈਕਸੀ ਸਾਰੀ ਇਸੇ ਵੀਰਾਂ ਦਾ ਜੋ ਕਿ ਇੱਥੇ ਇਹਨਾਂ ਦੇ ਪੁਸ਼ਤਦਰ ਪੁਸ਼ਤ ਇਹ ਟੈਕਸੀਆਂ ਚਲਾਉਂਦੇ ਆ ਰਹੇ ਆ ਔਰ ਆਪਣੇ ਟੱਬਰ ਪਾਲ ਰਹੇ ਆ,
ਕਦੇ ਵੀ ਪਿਛਲੇ ਅੱਜ ਤੋਂ ਜਿੰਨੇ ਵੀ ਸਾਲ ਹੋ ਗਏ ਕਦੀ ਇਹਨਾਂ ਨੂੰ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਪਈ ਇਸ ਟੈਕਸੀ ਸਟੈਂਡ 'ਤੇ ਜਿਹੜੀ ਹੁਣ ਆ ਨਵੇਂ ਸਿਰੋਂ ਖੜੀ ਹੋਈ ਆ ਕਿ ਇਹਨਾਂ ਨੇ ਕਿਹਾ ਕਿ ਸ਼ਵੇਤ ਮਲਕ ਜੀ ਉਹਨਾਂ ਨੇ ਇਹ ਨਵਾਂ ਪੰਗਾ ਖੜਾ ਕੀਤਾ ਇੱਕ ਠੇਕੇਦਾਰ ਨੂੰ ਕਹਿ ਕੇ ਉਹਨੂੰ ਸਾਰਾ ਵੀ ਇਹ ਠੇਕੇਦਾਰ ਆ ਤਾਂ ਉਹ ਠੇਕੇਦਾਰੀ ਸਾਰਾ ਕੁਝ ਸਾਨੂੰ ਕਰਵਾ ਰਿਹਾ ਆ। ਕੈਮਰਾਮੈਨ ਹਰਿੰਦਰ ਵੇਰਕਾ ਦੇ ਨਾਲ ਮੈਂ ਵਜ਼ੀਰ ਮੂਦਲ, ਆਵਾਜ਼ੇ ਕੌਮ ਟੀਵੀ, ਅੰਮ੍ਰਿਤਸਰ ਰੇਲਵੇ ਸਟੇਸ਼ਨ।